ਪ੍ਰਭੂ ਯਸੂ ਦੇ ਪਵਿੱਤਰ ਸਾਮਰਥੀ ਨਾਮ ਚ ਆਪ ਸਭ ਨੂੰ ਜੈ ਮਸੀਹ ਦੀ। ਤੋ ਅੱਜ ਇੱਕ ਬਹੁਤ ਖੂਬਸੂਰਤ ਵਚਨ ਜੋ ਅਸੀਂ ਪੜ੍ਹ ਰਹੇ ਹਾਂ, ਯਸ਼ਾਇਆ 26 ਦਾ 3 ਹੈ, ਜਿਹੜਾ ਤੇਰੇ ਵਿੱਚ ਲਿਵ ਲੀਨ ਹੈ, ਤੂੰ ਪੂਰੀ ਸ਼ਾਂਤੀ ਦੇ ਨਾਲ ਉਸ ਦੀ ਰਾਖੀ ਕਰਦਾ ਹੈ, ਕਿਉਂ ਜੋ ਉਹਦਾ ਭਰੋਸਾ ਤੇਰੇ ਉੱਪਰ ਹੈ। ਤੋ ਪਿਆਰਿਓ, ਜਿਹੜਾ ਲਿਵ ਲੀਨ ਪ੍ਰਭੂ ਯਸੂ ਮਸੀਹ ਦੇ ਵਿੱਚ ਹੈ, ਤੋ ਯਸੂ ਦਇਆ ਦਾ ਸਾਗਰ ਹੈ। ਤੋ ਸਾਗਰ ਦੇ ਵਿੱਚ ਰਹਿਣ ਵਾਲੀਆਂ ਮੱਛਲੀਆਂ ਕਿੰਨਾ ਆਨੰਦ ਦੇ ਵਿੱਚ ਰਹਿੰਦੀਆਂ। ਜੇ ਬਾਹਰੋਂ ਹਨੇਰੀ ਆਉਂਦੀ, ਤੂਫਾਨ ਆਉਂਦਾ, ਕੋਈ ਘੱਟਾ ਮਿੱਟੀ ਕੱਖ ਭਰਾ ਲਾਉਂਦਾ ਹੈ, ਜਿਹੜੀਆਂ ਵਿੱਚ ਮਗਨਿਆ ਉਹਨਾਂ ਨੂੰ ਕੋਈ ਖਤਰਾ ਨਹੀਂ, ਪਰ ਜਿਹੜੀਆਂ ਬਾਹਰ ਕਿਨਾਰੇ ਦੇ ਉੱਪਰ ਹੈ ਉਹਨਾਂ ਦੇ ਉੱਪਰ ਘੱਟਾ ਮਿੱਟੀ ਆਉਂਦਾ ਹੈ। ਐਵੇਂ ਜੋ ਲੋਕ ਪ੍ਰਭੂ ਵਿੱਚ ਮਗਨਿਆ, ਪ੍ਰਭੂ ਆਪ ਉਹਨਾਂ ਦੀ ਰਾਖੀ ਕਰਦਾ ਹੈ, ਉਹਨਾਂ ਨੂੰ ਬਲੈਸ ਕਰਦਾ, ਉਹਨਾਂ ਦੀ ਸੁਰੱਖਿਆ ਹੁੰਦੀ ਹੈ, ਉਹਨਾਂ ਨੂੰ ਸ਼ਾਂਤੀ ਨਾਲ ਭਰਦਾ ਹੈ। ਪਰ ਜੋ ਲੋਕ ਉਸ ਤੋਂ ਵੱਖਰੇ ਨੇ, ਔਰ ਯੋਹੰਨਾ 15 ਦੇ ਵਿੱਚ ਲਿਖਿਆ ਹੈ, ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਪਰ ਯੋਹੰਨਾ 15:7 ਵਿੱਚ ਕਿਹਾ, ਜੇ ਤੁਸੀਂ ਮੇਰੇ ਵਿੱਚ ਰਹੋ, ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ, ਤਾਂ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਏਗਾ। ਤੋ ਲਿਵ ਲੀਨ ਹੋਣ ਦਾ ਬਹੁਤ ਵੱਡਾ ਲਾਭ ਹੈ, ਪ੍ਰਭੂ ਦੇ ਵਿੱਚ ਮਗਨ ਹੋਣ ਦਾ ਬਹੁਤ ਵੱਡਾ ਲਾਭ ਹੈ। 1 ਜ਼ਬੂਰ ਚ ਲਿਖਿਆ, ਉਹ ਧਨ ਹੈ ਜਿਹੜਾ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ ਤੇ ਦਿਨ ਰਾਤ ਉਸ ਤੇ ਧਿਆਨ ਕਰਦਾ ਹੈ। ਉਸ ਬਿਰਸ਼ ਵਰਗਾ ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ, ਉਹਦੇ ਪੱਤੇ ਨਹੀਂ ਕਮਲਾਉਂਦੇ, ਉਹ ਜੋ ਵੀ ਕਰੇ ਸੋ ਸਫਲ ਹੁੰਦਾ ਹੈ। ਪਰ ਦੁਸ਼ਟ ਅਜਿਹੇ ਨਹੀਂ, ਉਹ ਭੋ ਵਰਗੇ ਹਨ, ਜਿਸ ਨੂੰ ਪੌਣ ਉਡਾ ਕੇ ਲੈ ਜਾਂਦੀ। ਦੁਸ਼ਟ ਕੌਣ ਹੈ? ਜੋ ਪਰਮੇਸ਼ਵਰ ਤੇ ਭਰੋਸਾ ਨਹੀਂ ਰੱਖਦੇ, ਜੋ ਪ੍ਰਭੂ ਯਿਸੂ ਮਸੀਹ ਦੇ ਮਹਾਨ ਪਿਆਰ ਤੇ ਬਲੀਦਾਨ ਨੂੰ ਸਮਝਦੇ ਨਹੀਂ, ਵਿਸ਼ਵਾਸ ਨਹੀਂ ਕਰਦੇ, ਇਸ ਲਈ ਉਹ ਆਪਣੇ ਦੁਸ਼ਟ ਪੁਣੇ ਦੇ ਵਿੱਚ ਨਾਸ਼ ਹੁੰਦੇ ਨੇ। ਪਰ ਮੇਰੀ ਬੇਨਤੀ ਆਪ ਸਭ ਨੂੰ, ਆਪ ਪ੍ਰਭੂ ਦੇ ਵਿੱਚ ਮਗਨ ਹੋ ਜਾਓ ਤਾਂ ਦੇਖੋ ਕਿੰਨੀ ਵੱਡੀ ਬਰਕਤ ਪ੍ਰਭੂ ਤੁਹਾਡੇ ਲਈ ਤਿਆਰ ਕਰਦਾ ਹੈ। ਤੁਹਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹੇਗੀ, ਜੋ ਚਾਹੋਗੇ ਮੰਗੋਗੇ ਪ੍ਰਭੂ ਤੁਹਾਡੇ ਲਈ ਕਰੇਗਾ। ਜਿਸ ਤਰ੍ਹਾਂ ਅਸੀਂ ਕਿਸੇ ਪਰਿਵਾਰ ਵਿੱਚ ਜਦੋਂ ਜਾਂਦੇ ਹਾਂ ਤੇ ਉਹ ਪਰਿਵਾਰ ਸਾਨੂੰ ਮਹਿਮਾਨ ਦੇ ਤੌਰ ਦੇ ਉੱਤੇ ਸਾਡੇ ਲਈ ਸਭ ਕੁਝ ਉਹ ਪ੍ਰਬੰਧ ਕਰਦਾ ਹੈ, ਬੈਠਣ ਦੇ ਲਈ, ਖਾਣ ਪੀਣ ਦੇ ਲਈ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰਭੂ ਯਿਸੂ ਤੇ ਵਿਸ਼ਵਾਸ ਕਰਕੇ ਉਹਦੇ ਚ ਮਗਨ ਹੁੰਦੇ ਹਾਂ ਤੇ ਉਹ ਸਾਡਾ ਸਾਰਾ ਫਿਕਰ ਖਾਣ ਪੀਣ, ਪਹਿਨਣ ਦਾ, ਜ਼ਰੂਰਤਾਂ ਦਾ, ਚੰਗਿਆਈਆਂ ਦਾ, ਚਮਤਕਾਰਾਂ ਦਾ, ਉਹ ਸਾਡਾ ਸਾਰਾ ਪ੍ਰਬੰਧ ਆਪ ਕਰਦਾ। ਅਸੀਂ ਕੀ ਕਰਨਾ ਹੈ? ਸਿਰਫ ਉਹਦੇ ਕਲਾਮ ਦੇ ਵਿੱਚ ਮਗਨ ਹੋਣਾ, ਯਿਸੂ ਨਾਮ ਵਿੱਚ ਮਗਨ ਹੋਣਾ ਹੈ, ਔਰ ਅਸੀਂ ਹਰ ਤਰ੍ਹਾਂ ਨਾਲ ਚੌਕਸ ਰਹਿਣਾ। ਸ਼ੈਤਾਨ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕਰਦਾ ਹੈ, ਬਹੁਤ ਸਾਰੀਆਂ ਅਫਵਾਹਾਂ, ਬਹੁਤ ਸਾਰੇ ਲੋਕ ਮਸੀਹ ਤੋਂ ਪਿੱਛੇ ਲਿਜਾਣ ਲਈ ਜਾਂ ਦੂਰ ਕਰਨ ਦੇ ਲਈ ਭੈੜੀਆਂ ਚਾਲਾਂ ਚੱਲਦੇ ਰਹਿੰਦੇ। ਪਰ ਜਦੋਂ ਤਕੜਾਈ ਨਾਲ ਪ੍ਰਭੂ ਨੇ ਕਿਹਾ ਹੈ, ਜੇ ਤਕੜਾਈ ਨਾਲ ਇਸ ਵਚਨ ਨੂੰ ਫੜੀ ਰੱਖੋਗੇ ਤੇ ਮੈਂ ਤੁਹਾਨੂੰ ਬਹੁਤ ਵੱਡੀ ਬਰਕਤ ਦਿਆਂਗਾ। ਇਹਦੇ ਵਿੱਚ ਮਗਨ ਹੋਣਾ ਹੈ, ਪ੍ਰਭੂ ਦੇ ਵਚਨ ਦੇ ਵਿੱਚ, ਪ੍ਰਭੂ ਦੀ ਵਿਵਸਥਾ ਉਹਦੀ ਬਾਣੀ ਹੈ। ਜਦੋਂ ਅਸੀਂ ਉਹਦੇ ਵਿੱਚ ਖੁਸ਼ ਹਾਂ, ਉਹਦੇ ਵਿੱਚ ਮਗਨ ਰਵਾਂਗੇ ਤੇ ਹਰ ਖਤਰੇ ਨੂੰ ਪ੍ਰਭੂ ਸਾਡੇ ਤੋਂ ਦੂਰ ਕਰੇਗਾ, ਔਰ ਹਰ ਹਾਲ ਵਿੱਚ ਉਹ ਸਾਡੇ ਨਾਲ ਹੋਏਗਾ, ਔਰ ਸਵਰਗ ਦਾ ਰਾਜ ਸਾਡੇ ਲਈ ਖੁੱਲ ਜਾਏਗਾ, ਔਰ ਸ਼ੈਤਾਨ ਪੈਰੋਂ ਕੇ ਨੀਚੇ ਕੀਆ ਜਾਏਗਾ।
ਕਿਉਂਕਿ ਪ੍ਰਭੂ ਆਪ ਸਾਡੀ ਰਾਖੀ ਕਰੇਗਾ ਤੇ ਸਾਨੂੰ ਜੋ ਸ਼ੈਤਾਨ ਦੇ ਵੱਲੋਂ ਪਰੇਸ਼ਾਨੀਆਂ ਪ੍ਰਭੂ ਇਹਨਾਂ ਸਾਰੀਆਂ ਨੂੰ ਦੂਰ ਕਰੇਗਾ। ਪ੍ਰਭੂ ਯਿਸੂ ਤੁਹਾਨੂੰ ਬਰਕਤ ਦੇਵੇ। ਆਪ ਜਿੱਦਾਂ ਜਿੱਦਾਂ ਮਗਨ ਹੁੰਦੇ ਜਾਓਗੇ ਓਦਾਂ ਓਦਾਂ ਤੁਹਾਡੇ ਲਈ ਸਵਰਗ ਖੁੱਲਦਾ ਜਾਏਗਾ। ਸਭ ਨੂੰ ਜੈ ਮਸੀਹ।